ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ, ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ 3 ਨੋਟੀਫਿਕੇਸ਼ਨ ਆਊਟ ਕੀਤੇ ਗਏ ਨੇ ਵੱਖ ਵੱਖ ਪੋਸਟਾਂ ਦੇ ਲਈ। ਇਹ ਪੋਸਟਾਂ ਵੱਖ ਵੱਖ ਡਿਪਾਰਟਮੈਂਟ ਦੇ ਵਿੱਚ ਆਈਆਂ ਨੇ। ਹਰੇਕ ਜ਼ਿਲ੍ਹੇ ਦੇ ਵਿੱਚ ਇਹ ਪੋਸਟਾਂ ਜਿਹੜੀਆਂ ਇਹ ਆਊਟ ਕੀਤੀਆਂ ਗਈਆਂ ਨੇ। ਆਖਰੀ ਮਿਤੀ ਅਗਰ ਆਪਾਂ ਗੱਲ ਕਰੀਏ ਤਾਂ 24 ਮਾਰਚ 2024 ਰਹਿਣ ਵਾਲੀ ਹੈ। ਹਾਲਾਂਕਿ ਹਰੇਕ ਨੋਟੀਫਿਕੇਸ਼ਨ ਦੀ ਅਲੱਗ ਅਲੱਗ ਆਖਰੀ ਮਿਤੀ ਜਿਹੜੀ ਹੈਗੀ ਆ ਉਹ ਮੈਂਸ਼ਨ ਕੀਤੀ ਗਈ ਹੈ। ਕਿਵੇਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਗੱਲ ਕਰਾਂਗੇ ਇਸੇ ਵੀਡੀਓ ਦੇ ਵਿੱਚ। ਵੀਡੀਓ ਪੂਰੀ ਦੇਖਿਓ। ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋ ਚਲਦੇ ਹੈ ਨੋਟੀਫਿਕੇਸ਼ਨ। ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ PSSSB ਦੁਆਰਾ ਇੱਕ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜਿਸ ਦੇ ਵਿੱਚ 259 ਵੈਕੈਂਸੀਜ਼ ਜਿਹੜੀਆਂ ਹੈਗੀਆਂ ਉਹ ਆਊਟ ਕੀਤੀਆਂ ਨੇ, ਜਿਨ੍ਹਾਂ ਦੇ ਵਿੱਚੋਂ ਕਲਰਕ ਅਤੇ ਸਟੋਰ ਕੀਪਰ ਦੀਆਂ ਪੋਸਟਾਂ ਜਿਹੜੀਆਂ ਉਹ ਇਹਨਾਂ ਨੇ ਆਊਟ ਜਿਹੜੀਆਂ ਉਹ ਕੀਤੀਆਂ ਨੇ। ਅਗਰ ਆਨਲਾਈਨ ਐਪਲੀਕੇਸ਼ਨਸ ਦੀ ਗੱਲ ਕਰੀਏ ਤਾਂ 8/3/2024 ਤੋਂ ਤੁਸੀਂ ਇਸ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕਰਵਾ ਸਕਦੇ ਹੋ। ਔਰ ਇਸ ਦੀ ਆਖਰੀ ਮਿਤੀ ਦੀ ਗੱਲ ਕਰੀਏ ਤਾਂ 5/4/2024 ਤੱਕ ਤੁਸੀਂ ਇਸ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰਵਾ ਸਕਦੇ ਹੋ। ਫੀਸ ਭਰਨ ਦੀ ਆਖਰੀ ਮਿਤੀ 10/4/2024 ਤੁਹਾਡੀ ਰਹਿਣ ਵਾਲੀ ਹੈ। ਅਗਰ ਗੱਲ ਕਰੀਏ ਪੋਸਟਾਂ ਦੀ ਤਾਂ 258 ਪੋਸਟਾਂ ਨੇ ਜੋ ਕਲਰਕ ਦੀਆਂ ਪੋਸਟਾਂ ਨੇ। ਦੇਖੋ, ਇੱਕ ਕਲਰਕ ਕੰਮ ਡਾਟਾ ਐਂਟਰੀ ਓਪਰੇਟਰ ਨੇ ਹੀ, ਇਕੱਲੇ ਕਲਰਕ ਦੀਆਂ ਪੋਸਟਾਂ ਇਹਨਾਂ ਨੇ ਇਸ ਵਾਰ ਕੱਢੀਆਂ ਨੇ। 258 ਪੋਸਟਾਂ ਨੇ ਜੋ ਇਕੱਲੇ ਕਲਰਕ ਦੀਆਂ ਪੋਸਟਾਂ ਨੇ, ਔਰ ਇੱਕ ਅਸਾਮੀ ਜਿਹੜੀ ਹੈਗੀ ਹੈ ਉਹ ਸਟੋਰ ਕੀਪਰ ਦੀ ਅਸਾਮੀ ਜਿਹੜੀ ਆ ਉਹ ਇੱਕ ਇਹਨਾਂ ਨੇ ਕੱਢੀ ਹੈ। ਇਹਨਾਂ ਦੀ ਓਫੀਸ਼ੀਅਲ ਵੈਬਸਾਈਟ 'ਤੇ ਤੁਸੀਂ ਜਾ ਕੇ ਇਹ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਡਾਊਨਲੋਡ ਕਰ ਸਕਦੇ ਹੋ। ਇਸ ਦੇ ਵਿੱਚ ਅਪਲਾਈ ਤੁਸੀਂ ਜਿਹੜਾ ਕਰਨਾ ਹੋਏਗਾ 8/3/2024 ਤੋਂ ਲੈ ਕੇ 5/4/2024 ਤੱਕ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ। ਇਹ ਜੋ 258 ਪੋਸਟਾਂ ਨੇ ਇਹਨਾਂ ਨੂੰ ਫਰਦਰ ਜਿਹੜਾ ਹੈਗਾ ਉਹ ਕੈਟਾਗਰੀ ਵਾਈਜ਼ ਡਿਵਾਈਡ ਕੀਤਾ ਹੈ ਵਿਦ ਡਿਪਾਰਟਮੈਂਟ, ਮਤਲਬ ਅਲੱਗ ਅਲੱਗ ਡਿਪਾਰਟਮੈਂਟ ਦੇ ਵਿੱਚ ਇਹ ਪੋਸਟਾਂ ਜਿਹੜੀਆਂ ਹੈਗੀਆਂ ਉਹ ਆਊਟ ਕੀਤੀਆਂ ਗਈਆਂ ਨੇ। ਇਹਨਾਂ ਦਾ ਓਫੀਸ਼ੀਅਲ ਨੋਟੀਫਿਕੇਸ਼ਨ ਤੁਸੀਂ ਡਾਊਨਲੋਡ ਕਰਕੇ ਜਿਹੜਾ ਹੈਗਾ ਉਹ ਰੀਡ ਕਰ ਸਕਦੇ ਹੋ। ਫਰਦਰ ਗੱਲ ਕਰੀਏ ਤਾਂ ਅਸਾਮੀ ਜੋ ਤੁਸੀਂ ਭਰਨੀ ਹੈ ਉਸਦੀ ਕੈਟਾਗਰੀ ਦਿੱਤੀ ਹੋਈ ਹੈ, ਔਰ ਇਸ ਕੈਟਾਗਰੀ ਦਾ ਕੋਡ ਜਿਹੜਾ ਹੈਗਾ ਉਹ ਤੁਸੀਂ ਫਿਲ ਕਰਨਾ ਹੋਏਗਾ। ਇਸ ਕਰਕੇ ਤੁਸੀਂ ਆਪਣੀ ਹੀ ਕੈਟਾਗਰੀ ਦਾ ਕੋਡ ਫਿਲ ਕਰਨਾ ਜਿਹੜਾ ਹੈਗਾ ਉਹ ਨਾ ਭੁੱਲਣਾ। ਔਰ ਇਹ ਜੋ ਵੀ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਹੀ ਕਰਨੀ ਹੋਊਗੀ, ਮਤਲਬ ਆਨਲਾਈਨ ਮੋਡ ਦੇ ਦੁਆਰਾ ਹੀ ਤੁਸੀਂ ਇਸ ਦੇ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਕਿਸੇ ਹੋਰ ਮੋਡ ਦੁਆਰਾ ਤੁਸੀਂ ਇਸ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਨਹੀਂ ਕਰਵਾ ਸਕਦੇ। ਔਰ ਅਗਰ ਤਨਖਾਹ ਦੀ ਗੱਲ ਕਰੀਏ ਤਾਂ 19,900 ਪਲੱਸ ਤੁਹਾਡੀ ਇਸ ਦੇ ਵਿੱਚ ਜਿਹੜੀ ਹੈਗੀ ਆ ਉਹ ਤਨਖਾਹ ਰਹਿਣ ਵਾਲੀ ਹੈ। ਫਰਦਰ ਗੱਲ ਕਰੀਏ ਤਾਂ ਜੋ ਵਿਦਿਅਕ ਯੋਗਤਾ ਇਹਨਾਂ ਨੇ ਮੰਗੀ ਹੈ ਤਾਂ ਕਲਰਕ ਦੀ ਪੋਸਟ ਦੇ ਲਈ ਜੋ ਤੁਹਾਡੇ ਕੋਲ ਵਿਦਿਅਕ ਯੋਗਤਾ ਹੋਣੀ ਚਾਹੀਦੀ ਹੈ ਉਹ ਬੈਚੁਲਰ ਡਿਗਰੀ ਹੋਣੀ ਚਾਹੀਦੀ ਹੈ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ ਦੁਆਰਾ ਤੁਹਾਡੇ ਕੋਲ ਜਿਹੜੀ ਆ ਉਹ ਬੈਚੁਲਰ ਡਿਗਰੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਇਸ ਦੇ ਵਿੱਚ ਤੁਹਾਡਾ ਟਾਈਪਿੰਗ ਟੈਸਟ ਵੀ ਹੋਏਗਾ ਹਿੰਦੀ ਅਤੇ ਪੰਜਾਬੀ ਦਾ, ਜੋ ਕਿ ਪੰਜਾਬੀ ਦੀ ਅਗਰ ਗੱਲ ਕਰੀਏ ਤਾਂ ਰਾਵੀ ਫੌਂਟ ਦੇ ਵਿੱਚ ਇਹ ਤੁਹਾਡਾ ਜਿਹੜਾ ਹੈਗਾ ਉਹ ਟੈਸਟ ਕਰਵਾਇਆ ਜਾਵੇਗਾ। ਅੱਗੇ ਗੱਲ ਕਰੀਏ ਤਾਂ ਤੁਹਾਡੇ ਕੋਲ ਜਿਹੜਾ ਹੈਗਾ 120 ਘੰਟਿਆਂ ਦਾ ਕੰਪਿਊਟਰ ਦਾ ਜਿਹੜਾ ਹੈਗਾ ਉਹ ਸਰਟੀਫਿਕੇਟ ਹੋਣਾ ਚਾਹੀਦਾ ਹੈ, ਔਰ ਜਾਂ ਤੁਹਾਡੇ ਕੋਲ ਉਹ ਲੈਵਲ ਦਾ ਸਰਟੀਫਿਕੇਟ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਹੈ। ਇੱਕ ਕਲਰਕ ਦੇ ਲਈ ਜੋ ਕੁਆਲੀਫਿਕੇਸ਼ਨ ਹੈ ਉਹ ਦੱਸੀ ਹੈ। ਔਰ ਅਗਰ ਆਪਾਂ ਸਟੋਰ ਕੀਪਰ ਦੀ ਗੱਲ ਕਰੀਏ ਤਾਂ ਸਟੋਰ ਕੀਪਰ ਦੇ ਵਿੱਚ ਵੀ ਤੁਹਾਡੇ ਕੋਲ ਬੈਚੁਲਰ ਡਿਗਰੀ ਹੋਣੀ ਚਾਹੀਦੀ ਹੈ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ ਵੱਲੋਂ, ਔਰ ਤੁਸੀਂ 10ਵੀਂ ਦੇ ਵਿੱਚ ਜਿਹੜੇ ਉਹ ਪੰਜਾਬੀ ਜਿਹੜੀ ਆ ਉਹ ਪਾਸ
ਕੀਤੀ ਹੋਵੇ ਔਰ ਤੁਹਾਡੇ ਕੋਲੇ 120 ਘੰਟਿਆਂ ਦਾ ਕੰਪਿਊਟਰ ਦਾ ਜਿਹੜਾ ਹੈਗਾ ਉਹ ਕੋਰਸ ਹੋਣਾ ਚਾਹੀਦਾ, ਮਤਲਬ ਸਰਟੀਫਿਕੇਟ ਜਿਹੜਾ ਤੁਹਾਡੇ ਕੋਲੇ ਹੋਣਾ ਚਾਹੀਦਾ ਜਾਂ ਉਹ ਲੈਵਲ ਦਾ ਸਰਟੀਫਿਕੇਟ ਤੁਹਾਡੇ ਕੋਲੇ ਹੋਣਾ ਚਾਹੀਦਾ ਹੈ। ਇਸ ਦੇ ਵਿੱਚ ਵੀ ਤੁਹਾਡੇ ਕੋਲੇ ਟਾਈਪਿੰਗ ਟੈਸਟ ਜਿਹੜਾ ਹੈਗਾ ਉਹ ਮੰਗਿਆ ਹੈ। ਅਗਰ ਆਪਾਂ ਉਮਰ ਸੀਮਾ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਤੁਹਾਡੀ ਏਜ ਰਹਿਣ ਵਾਲੀ ਹੈ ਤਾਂ ਮਿਨੀਮਮ 18 ਸਾਲ ਔਰ ਮੈਕਸੀਮਮ ਜੋ ਹੈ ਉਹ 37 ਸਾਲ ਤੁਹਾਡੀ ਉਮਰ ਜਿਹੜੀ ਹੈ ਉਹ ਰਹਿਣ ਵਾਲੀ ਹੈ। ਔਰ ਅਗਰ SC ਔਰ BC ਦੀ ਗੱਲ ਕਰੀਏ ਤਾਂ ਮਤਲਬ ਪਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ ਪਛੜੀ ਸ਼੍ਰੇਣੀਆਂ ਦੀ ਗੱਲ ਕਰੀਏ ਤਾਂ 42 ਸਾਲ ਤੁਹਾਡੀ ਉਮਰ ਜਿਹੜੀ ਹੈ ਇਸ ਦੇ ਵਿੱਚ ਰਹਿਣੀ ਚਾਹੀਦੀ ਹੈ। ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਲਈ ਇਸ ਦੇ ਵਿੱਚ ਜੋ ਛੋਟ ਦਿੱਤੀ ਗਈ ਹੈ ਤਾਂ 45 ਸਾਲ ਤੱਕ ਤੁਸੀਂ ਜਿਹੜਾ ਇਸ ਦੇ ਵਿੱਚ ਫਿਲ ਕਰ ਸਕਦੇ ਹੋ। ਉਸ ਤੋਂ ਬਾਅਦ ਅਗਰ ਗੱਲ ਕਰੀਏ ਫੀਸ ਦੀ ਤਾਂ ਇਸ ਦੇ ਵਿੱਚ ਜਨਰਲ ਕੈਟਾਗਰੀ ਦੇ ਲਈ ਸੁਤੰਤਰਤਾ ਸੰਗਰਾਮੀ ਖਿਡਾਰੀਆਂ ਦੇ ਲਈ 1000 ਜਿਹੜੀ ਆ ਉਹ ਫੀ ਰਹਿਣ ਵਾਲੀ ਹੈ। SC BC ਲਈ ਜਾਂ ਇਕਨੋਮੀਕਲ ਵਹੀਕਲ ਸੈਕਸ਼ਨ ਦੇ ਵਿੱਚ 250 ਰੁਪਏ ਫੀਸ ਤੁਹਾਡੀ ਰਹਿਣ ਵਾਲੀ ਹੈ। ਸਾਬਕਾ ਫੌਜੀ ਜਾਂ ਡਿਪੈਂਡੈਂਟ ਦੇ ਲਈ 200 ਰੁਪਇਆ ਫੀਸ ਤੁਹਾਡੀ ਰਹਿਣ ਵਾਲੀ ਹੈ ਔਰ ਹੈਂਡੀਕੈਪ ਦੇ ਲਈ 500 ਰੁਪਇਆ ਫੀਸ ਜਿਹੜੀ ਹੈ ਇਸ ਦੇ ਵਿੱਚ ਰੱਖੀ ਗਈ ਹੈ ਔਰ ਇਹ ਨੋਨ ਰਿਫੰਡੇਬਲ ਫੀ ਜਿਹੜੀ ਹੈ ਉਹ ਇਹਨਾਂ ਨੇ ਇਸ ਦੇ ਵਿੱਚ ਰੱਖੀ ਹੈ। ਉਸ ਤੋਂ ਬਾਅਦ ਤੁਹਾਡੀ ਜਿਹੜੀ ਚੋਣ ਵਿਧੀ ਹੋਏਗੀ ਪ੍ਰੀਖਿਆ ਸੰਬੰਧੀ ਜੋ ਜਾਣਕਾਰੀ ਇਹਨਾਂ ਨੇ ਦਿੱਤੀ ਹੈ ਇਸ ਦੇ ਵਿੱਚ ਤੁਹਾਡਾ ਓਬਜੈਕਟਿਵ ਟਾਈਪ ਮਲਟੀ ਚੋਇਸ ਕੁਸ਼ਚਨ MCQ ਬੇਸਡ ਜਿਹੜਾ ਹੈਗਾ ਤੁਹਾਡਾ ਇੱਕ ਟੈਸਟ ਜਿਹੜਾ ਉਹ ਕੰਡਕਟ ਕਰਵਾਇਆ ਜਾਏਗਾ। ਉਸ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਉਹ ਟਾਈਪਿੰਗ ਟੈਸਟ ਜਿਹੜਾ ਉਹ ਕਰਵਾਇਆ ਜਾਏਗਾ ਇੰਗਲਿਸ਼ ਅਤੇ ਪੰਜਾਬੀ ਦਾ ਜੋ ਇੱਕ ਟਾਈਪਿੰਗ ਟੈਸਟ ਹੋਏਗਾ। ਇਸ ਦੇ ਵਿੱਚ ਤੁਸੀਂ ਆਨਲਾਈਨ ਅਪਲਾਈ ਕਰਨਾ ਹੋਏਗਾ, ਕਿਸੇ ਹੋਰ ਮੋਡ ਦੁਆਰਾ ਤੁਸੀਂ ਇਸ ਦੇ ਵਿੱਚ ਅਪਲਾਈ ਨਹੀਂ ਕਰ ਸਕਦੇ। ਕਲਰਕ ਅਤੇ ਸਟੋਰ ਕੀਪਰ ਦੀਆਂ ਜੋ ਪੋਸਟਾਂ ਨੇ ਉਸਦੇ ਲਈ ਆਨਲਾਈਨ ਤੁਸੀਂ ਅਪਲਾਈ ਕਰਨਾ ਹੋਏਗਾ। ਫਰਦਰ ਤੁਸੀਂ ਪੂਰੀ ਡਿਟੇਲ ਦੇ ਲਈ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਇਹ ਜੋ ਨੋਟੀਫਿਕੇਸ਼ਨ ਹੈ ਉਹ ਪੂਰਾ ਡਾਊਨਲੋਡ ਤੁਸੀਂ ਕਰ ਸਕਦੇ ਹੋ ਔਰ ਰੀਡ ਕਰਕੇ ਹੀ ਤੁਸੀਂ ਇਸ ਦੇ ਵਿੱਚ ਅਪਲਾਈ ਕਰਨਾ ਹੋਏਗਾ। ਆਪਣੀ ਕੈਟਾਗਰੀ ਦੇ ਅੰਡਰ ਹੀ ਤੁਸੀਂ ਇਸ ਦੇ ਵਿੱਚ ਜਿਹੜਾ ਹੈਗਾ ਉਹ ਅਪਲਾਈ ਕਰੋਗੇ। ਤਾਂ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਭਰਤੀ ਦਾ ਇੱਕ ਨੋਟੀਫਿਕੇਸ਼ਨ ਆਊਟ ਕਰ ਦਿੱਤਾ ਗਿਆ ਹੈ। 2024 ਦੀ ਇਹ ਭਰਤੀ ਦਾ ਨੋਟੀਫਿਕੇਸ਼ਨ ਹੈ ਜੋ ਆਊਟ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਦੀ ਅਗਰ ਪ੍ਰੋਪਰ ਡੇਟ ਦੀ ਗੱਲ ਕਰੀਏ ਤਾਂ 29 ਫਰਵਰੀ 2024 ਇਸ ਦੀ ਪ੍ਰੋਪਰ ਡੇਟ ਹੈ। ਹਾਲਾਂਕਿ ਇਹ 28 ਫਰਵਰੀ ਨੂੰ ਹੀ ਵਾਇਰਲ ਹੋ ਗਿਆ ਸੀਗਾ, ਲੇਕਿਨ ਜੋ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ ਉਹ ਅੱਜ ਹੀ ਓਪਨ ਹੋਈ ਹੈ। ਤਾਂ 29 ਫਰਵਰੀ 2024 ਦਾ ਇਹ ਨੋਟੀਫਿਕੇਸ਼ਨ ਹੈ। ਤੁਸੀਂ ਇਹ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ 'ਤੇ ਜੋ ਕਿ ਹੁਣ ਓਪਨ ਹੋ ਚੁੱਕੀ ਹੈ। ਇਸ ਨੋਟੀਫਿਕੇਸ਼ਨ ਦੇ ਵਿੱਚ ਕਾਂਸਟੇਬਲ ਦੇ ਲਈ ਆਨਲਾਈਨ ਐਪਲੀਕੇਸ਼ਨਸ ਦੀ ਡਿਮਾਂਡ ਕੀਤੀ ਗਈ ਹੈ, ਜੋ ਕਿ 14 ਮਾਰਚ 2024 ਤੋਂ ਇਸ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਜਾਵੇਗੀ ਔਰ ਇਸ ਦੀ ਜੋ ਲਾਸਟ ਡੇਟ ਰਹੇਗੀ ਉਹ ਹੈ 4 ਅਪ੍ਰੈਲ 2024। ਤੋਂ 4 ਅਪ੍ਰੈਲ 2024 ਤੱਕ ਤੁਸੀਂ ਆਪਣੀਆਂ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਉਹ ਸਬਮਿਟ ਕਰਵਾ ਸਕਦੇ ਹੋ। ਇਹ ਆਨਲਾਈਨ ਮੋਡ 'ਤੇ ਹੀ ਤੁਸੀਂ ਜਿਹੜਾ ਉਹ ਆਪਣੀਆਂ ਐਪਲੀਕੇਸ਼ਨ ਜਿਹੜੀਆਂ ਉਹ ਸਬਮਿਟ ਕਰਵਾਉਣੀਆਂ ਹੋਣਗੀਆਂ। ਇਹਨਾਂ ਦਾ ਹੈਲਪਲਾਈਨ ਨੰਬਰ ਦਿੱਤਾ, ਤੁਸੀਂ ਇਸ 'ਤੇ ਵੀ ਜਿਹੜਾ ਹੈਗਾ ਉਹ ਕੰਟੈਕਟ ਕਰ ਸਕਦੇ ਹੋ ਜਾਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਤੁਸੀਂ ਜਿਹੜਾ ਹੈਗਾ ਇਹਨਾਂ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ। ਅਗਰ ਪੋਸਟਾਂ ਦੀ ਗੱਲ ਕਰੀਏ ਤਾਂ ਕਾਂਸਟੇਬਲ ਦੀਆਂ ਇਹ ਪੋਸਟਾਂ ਨੇ ਡਿਸਟ੍ਰਿਕਟ ਅਤੇ ਆਮ ਪੁਲਿਸ ਕੈਡਰ ਦੇ ਅੰਡਰ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ, ਜਿਨ੍ਹਾਂ ਨੂੰ ਅੱਗੇ ਫਰਦਰ ਕੈਟਾਗਰੀ ਵਾਈਜ਼ ਜਿਹੜਾ ਡਿਵਾਈਡ ਕੀਤਾ ਗਿਆ। ਅਗਰ ਆਪਾਂ ਟੋਟਲ ਦੀ ਗੱਲ ਕਰੀਏ ਕਿ ਟੋਟਲ ਜਿਹੜੀਆਂ ਪੋਸਟਾਂ ਨੇ ਉਹ ਕਿੰਨੀਆਂ ਰਹਿਣ ਵਾਲੀਆਂ ਨੇ, ਤਾਂ 970 ਪੋਸਟਾਂ ਇੱਕ ਔਰ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ 776 ਪੋਸਟਾਂ ਇੱਕ ਜਿਹੜੀਆਂ ਉਹ ਰਹਿਣ ਵਾਲੀਆਂ ਨੇ। ਤਾਂ ਟੋਟਲ ਜਿਹੜੀਆਂ ਪੋਸਟਾਂ ਹੈਗੀਆਂ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ, ਠੀਕ ਹੈ। ਔਰ ਇਹ ਜੋ ਕਾਂਸਟੇਬਲ ਆਰਮਡ ਪੁਲਿਸ ਦੀਆਂ ਪੋਸਟਾਂ ਨੇ ਇਸ ਦੇ ਵਿੱਚ 776 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਔਰ ਇਸ ਦੇ ਵਿੱਚ ਅਗਰ ਆਪਾਂ ਡਿਸਟ੍ਰਿਕਟ ਪੁਲਿਸ ਕੈਡਰ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੀਆਂ 970 ਪੋਸਟਾਂ ਜਿਹੜੀਆਂ ਉਹ ਆਊਟ
ਕੀਤੀਆਂ ਗਈਆਂ ਨੇ। ਫਰਦਰ ਗੱਲ ਕਰੀਏ ਪੇ ਸਕੇਲ ਦੀ, ਅਗਰ ਆਪਾਂ ਗੱਲ ਕਰੀਏ ਤਾਂ ਇਸਦੇ ਵਿੱਚ ਜੋ ਤੁਹਾਡਾ ਪੇ ਸਕੇਲ ਰਹਿਣ ਵਾਲਾ ਹੈ 19,900 ਪਲੱਸ ਤੁਹਾਡਾ ਜਿਹੜਾ ਹੈਗਾ ਉਹ ਪੇ ਸਕੇਲ ਇਸਦੇ ਵਿੱਚ ਰਹਿਣ ਵਾਲਾ ਹੈ। ਅਗਰ ਐਲੀਜੀਬਿਲਟੀ ਦੀ ਗੱਲ ਕਰੀਏ ਤਾਂ ਤੁਸੀਂ ਸਿਟੀਜ਼ਨ ਹੋਣੇ ਚਾਹੀਦੇ ਹੋ ਇੰਡੀਆ ਦੇ, ਮਤਲਬ ਨੈਸ਼ਨੈਲਿਟੀ ਤੁਹਾਡੀ ਇੰਡੀਅਨ ਹੋਣੀ ਚਾਹੀਦੀ ਹੈ। ਅਗਰ ਏਜ ਦੀ ਗੱਲ ਕਰੀਏ ਤਾਂ ਜੋ ਮਿਨੀਮਮ ਏਜ ਹੈ ਤੁਹਾਡੀ ਉਹ 18 ਸਾਲ ਅਤੇ ਮੈਕਸੀਮਮ ਏਜ ਤੁਹਾਡੀ ਜਿਹੜੀ ਹੈ ਉਹ 28 ਸਾਲ ਜਿਹੜੀ ਹੈ ਇਸਦੇ ਵਿੱਚ ਰੱਖੀ ਗਈ ਹੈ। ਔਰ ਬਾਕੀ ਗਵਰਨਮੈਂਟ ਨੋਰਮਸ ਦੇ ਅੰਡਰ ਤੁਹਾਨੂੰ ਇਸਦੇ ਵਿੱਚ ਜਿਹੜਾ ਹੈਗਾ ਉਹ ਰਿਲੈਕਸੇਸ਼ਨ ਵੀ ਦਿੱਤਾ ਜਾਵੇਗਾ। ਅਗਰ ਅਸੈਂਸ਼ੀਅਲ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਜੋ ਕਾਂਸਟੇਬਲ ਡਿਸਟ੍ਰਿਕਟ ਅਤੇ ਆਰਮਡ ਪੁਲਿਸ ਕੈਡਰ ਦੇ ਲਈ ਤੁਹਾਡੇ ਤੋਂ ਜੋ ਕੁਆਲੀਫਿਕੇਸ਼ਨ ਮੰਗੀ ਗਈ ਹੈ ਉਹ +2 ਜੋ ਮੰਗੀ ਗਈ ਹੈ ਕਿਸੇ ਵੀ ਰੈਕੋਗਨਾਈਜ਼ਡ ਬੋਰਡ ਜਾਂ ਯੂਨੀਵਰਸਿਟੀ ਜਾਂ ਇੰਸਟੀਚਿਊਟ ਦੁਆਰਾ ਤੁਸੀਂ +2 ਜਿਹੜੀ ਹੈ ਉਹ ਕੀਤੀ ਹੋਵੇ। ਇਨ ਕੇਸ ਆਫ ਐਕਸ ਸਰਵਿਸ ਮੈਨ ਜੋ ਹੈ ਉਸਦੇ ਵਿੱਚ ਤੁਹਾਡੀ ਮੈਟਰਿਕੁਲੇਸ਼ਨ ਜਿਹੜੀ ਹੈਗੀ ਆ ਉਹ ਵੀ ਕਾਊਂਟ ਇਸਦੇ ਵਿੱਚ ਕੀਤੀ ਜਾਏਗੀ। ਅਗਰ ਆਪਾਂ ਗੱਲ ਕਰੀਏ ਤੁਹਾਡੀ ਇਸਦੇ ਵਿੱਚ ਜੋ 10th ਹੈ, 10th ਦੇ ਵਿੱਚ ਤੁਸੀਂ ਪੰਜਾਬੀ ਜਿਹੜੀ ਹੈ ਉਹ ਕੀਤੀ ਹੋਵੇ, ਪੰਜਾਬੀ ਐਜ਼ ਆ ਵਿਸ਼ਾ ਮਤਲਬ ਤੁਸੀਂ ਜਿਹੜਾ ਹੈਗਾ ਉਹ ਪੜ੍ਹਿਆ ਹੋਣਾ ਜ਼ਰੂਰੀ ਹੈ ਇਸਦੇ ਵਿੱਚ ਤੁਹਾਡਾ। ਦੈਨ ਉਸ ਤੋਂ ਬਾਅਦ ਅਗਰ ਫਿਜ਼ੀਕਲ ਸਟੈਂਡਰਡ ਦੀ ਗੱਲ ਕਰੀਏ ਤਾਂ ਡਿਸਟ੍ਰਿਕਟ ਅਤੇ ਆਰਮਡ ਪੁਲਿਸ ਦੇ ਅੰਡਰ ਜੋ ਮੇਲ ਹੈ ਉਸਦੇ ਵਿੱਚ 5'7" ਤੁਹਾਡੀ ਹਾਈਟ ਜਿਹੜੀ ਹੈ ਉਹ ਮੰਗੀ ਗਈ ਹੈ, ਔਰ ਫੀਮੇਲ ਦੇ ਲਈ 5'2" ਦੀ ਜਿਹੜੀ ਹੈ ਤੁਹਾਡੀ ਹਾਈਟ ਜਿਹੜੀ ਹੈ ਉਹ ਮੰਗੀ ਗਈ ਹੈ। ਇਸਦੇ ਵਿੱਚ ਜੋ ਸਿਲੈਕਸ਼ਨ ਪ੍ਰੋਸੈਸ ਤੁਹਾਡਾ ਰਹਿਣ ਵਾਲਾ ਹੈ 3 ਸਟੇਜਿਸ ਦੇ ਵਿੱਚ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਜਿਹੜਾ ਉਹ ਹੋਏਗਾ, ਜਿਸ ਦੇ ਵਿੱਚ ਫਸਟ ਸਟੇਜ ਦੇ ਵਿੱਚ ਤੁਹਾਡਾ ਕਾਮਨ ਕੰਪਿਊਟਰ ਬੇਸ ਜੋ CBT ਟੈਸਟ ਹੁੰਦਾ ਹੈ, ਠੀਕ ਹੈ, ਉਹ ਲਿੱਤਾ ਜਾਏਗਾ ਜਿਸ ਦੇ ਵਿੱਚ ਮਲਟੀਪਲ ਚੋਇਸ ਕੁਸ਼ਚਨ ਜਿਹੜੇ ਹੋਣਗੇ। ਫਰਦਰ ਗੱਲ ਕਰੀਏ ਤਾਂ ਸਟੇਜ 2 ਦੇ ਵਿੱਚ ਜੋ ਹੈ, ਸਟੇਜ 2 ਜਿਹੜਾ ਹੈਗਾ ਉਹ ਉਸਦੇ ਵਿੱਚ ਫਿਜ਼ੀਕਲ ਸਕਰੀਨਿੰਗ ਟੈਸਟ ਜਿਹੜਾ ਹੈਗਾ ਉਹ ਤੁਹਾਡਾ ਇਸਦੇ ਵਿੱਚ ਲਿੱਤਾ ਜਾਏਗਾ। ਔਰ ਸਟੇਜ 3 ਦੀ ਗੱਲ ਕਰੀਏ ਤਾਂ ਇਸਦੇ ਵਿੱਚ ਸਟੇਜ 3 ਦੇ ਵਿੱਚ ਤੁਹਾਡਾ ਜਿਹੜਾ ਡਾਕੂਮੈਂਟ ਦੀ ਜਿਹੜੀ ਸਕਿਉਰਟੀ ਹੈ ਉਹ ਕਰਵਾਈ ਜਾਏਗੀ। ਕੰਪਿਊਟਰ ਬੇਸ ਟੈਸਟ ਦੀ ਗੱਲ ਕਰੀਏ ਤਾਂ ਇਸਦਾ ਜੋ ਪੂਰੇ ਦਾ ਪੂਰਾ ਤੁਹਾਡਾ ਜਿਹੜਾ ਸ਼ਡਿਊਲ ਹੈ, ਠੀਕ ਹੈ, ਪੇਪਰ 1 ਦਾ ਜਿਸਦੇ ਵਿੱਚ 100 ਕੁਸ਼ਚਨ ਤੁਹਾਡੇ ਹੋਣਗੇ, 1 ਨੰਬਰ ਮਾਰਕਸ ਦੇ ਜਿਹੜੇ ਕੁਸ਼ਚਨ ਹੈ ਇਹ ਆਉਣਗੇ, ਔਰ ਪੇਪਰ 2 ਦੇ ਵਿੱਚ ਜਿਹੜਾ ਹੈਗਾ ਉਹ ਤੁਹਾਡਾ ਪੇਪਰ 2 ਜਿਹੜਾ ਹੈਗਾ ਉਹ ਕੁਆਲੀਫਾਈ ਟੈਸਟ ਹੋਏਗਾ ਪੰਜਾਬੀ ਲੈਂਗੁਏਜ ਦਾ, ਜਿਸਦੇ ਵਿੱਚ 50 ਕੁਸ਼ਚਨ ਜਿਹੜੇ ਹੈਗੇ ਆ ਉਹ ਹੋਣਗੇ 1 ਨੰਬਰ ਦਾ, 50% ਮਾਰਕਸ ਜਿਹੜੇ ਆ ਤੁਸੀਂ ਇਸਦੇ ਵਿੱਚ ਕੁਆਲੀਫਾਈ ਕਰਨ ਦੇ ਲਈ ਤੁਹਾਨੂੰ ਜਿਹੜੇ ਆ ਉਹ ਚਾਹੀਦੇ ਹੋਣਗੇ। ਫਰਦਰ ਤੁਸੀਂ ਇਸਦਾ ਪੂਰਾ ਪੂਰਾ ਸਿਲੇਬਸ ਜਿਹੜਾ ਹੈਗਾ ਉਹ ਇੱਥੇ ਚੈੱਕ ਕਰ ਸਕਦੇ ਹੋ, ਡਾਊਨਲੋਡ ਕਰਕੇ ਪੂਰੇ ਦਾ ਪੂਰਾ ਨੋਟੀਫਿਕੇਸ਼ਨ ਜਿਹੜਾ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ। ਅਗਰ ਮੈਂ ਨੈਗੇਟਿਵ ਮਾਰਕਿੰਗ ਦੀ ਗੱਲ ਕਰਾਂ ਤਾਂ ਨੋ ਨੈਗੇਟਿਵ ਮਾਰਕਿੰਗ, ਇਸਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਜਿਹੜੀ ਹੈਗੀ ਆ ਉਹ ਨਹੀਂ ਹੋਏਗੀ। ਤੋ ਇਹ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਆਊਟ ਕੀਤਾ ਗਿਆ, ਇਸ ਨੋਟੀਫਿਕੇਸ਼ਨ ਨੂੰ ਤੁਸੀਂ ਡਾਊਨਲੋਡ ਕਰਕੇ ਖੁਦ ਵੀ ਅੱਛੀ ਤਰ੍ਹਾਂ ਮਤਲਬ ਜਿਹੜਾ ਹੈਗਾ ਉਹ ਪੜ੍ਹ ਸਕਦੇ ਹੋ। ਪੇਸ਼ਨ ਦੀ ਗੱਲ ਕਰੀਏ ਤਾਂ PSSB ਦੁਆਰਾ ਇੱਕ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜਿਸ ਦੇ ਵਿੱਚ ਟੋਟਲ 62 ਵੈਕੈਂਸੀ ਜਿਹੜੀਆਂ ਹੈਗੀਆਂ ਉਹ ਆਊਟ ਕੀਤੀਆਂ ਗਈਆਂ ਨੇ। ਸੀਨੀਅਰ ਸਹਾਇਕ ਕਮ ਇੰਸਪੈਕਟਰ ਦੀਆਂ ਪੋਸਟਾਂ ਜਿਹੜੀਆਂ ਇਹ ਆਊਟ ਕੀਤੀਆਂ ਗਈਆਂ ਨੇ। ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਇਸਦੇ ਵਿੱਚ ਜੋ ਤੁਸੀਂ ਅਪਲਾਈ ਕਰਨਾ ਹੈ ਉਹ 8/3/2024 ਤੋਂ ਇਸਦੇ ਵਿੱਚ ਅਪਲਾਈ ਕਰਨਾ ਹੋਏਗਾ, ਔਰ ਇਸਦੀ ਜੋ ਆਖਰੀ ਮਿਤੀ ਰਹਿਣ ਵਾਲੀ ਹੈ ਉਹ 5/4/2024 ਇਸਦੀ ਲਾਸਟ ਡੇਟ ਜਿਹੜੀ ਹੈ ਉਹ ਰਹਿਣ ਵਾਲੀ ਹੈ। ਔਰ ਅਗਰ ਫੀ ਭਰਨ ਦੀ ਗੱਲ ਕਰੀਏ ਤਾਂ ਫੀ ਭਰਨ ਦੀ ਵੀ ਇਹਨਾਂ ਨੇ ਲਾਸਟ ਡੇਟ ਦਿੱਤੀ ਹੈ 10/4/2024 ਤੱਕ ਤੁਸੀਂ ਇਸਦੇ ਵਿੱਚ ਫੀ ਜਿਹੜੀ ਹੈਗੀ ਹੈ ਉਹ ਸਬਮਿਟ ਕਰਵਾ ਸਕਦੇ ਹੋ। ਅਗਰ ਆਪਾਂ ਪੋਸਟਾਂ ਦੀ ਗੱਲ ਕਰੀਏ ਤਾਂ ਵੱਖ ਵੱਖ ਡਿਪਾਰਟਮੈਂਟਾਂ ਦੇ ਵਿੱਚ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ। ਅਗਰ ਆਪਾਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀ ਗੱਲ ਕਰੀਏ ਤਾਂ ਇਸਦੇ ਵਿੱਚ ਟੋਟਲ 36 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਸੀਨੀਅਰ ਸਹਾਇਕ ਕਮ ਇੰਸਪੈਕਟਰ ਦੀਆਂ। ਔਰ ਉੱਥੇ ਹੀ ਨਗਰ ਸੁਧਾਰ ਟਰੱਸਟਾਂ ਦੀ ਗੱਲ ਕਰੀਏ ਤਾਂ ਇਸਦੇ ਵਿੱਚ ਵੀ ਸੀਨੀਅਰ ਸਹਾਇਕ ਇੰਸਪੈਕਟਰਾਂ ਦੀਆਂ 26 ਪੋਸਟਾਂ ਜਿਹੜੀਆਂ ਉਹ ਆਊਟ
ਕੀਤੀਆਂ ਗਈਆਂ ਨੇ। ਤੋ ਟੋਟਲ 62 ਪੋਸਟਾਂ ਨੇ ਜੋ ਤੁਹਾਡੇ ਲਈ ਆਊਟ ਕੀਤੀਆਂ ਗਈਆਂ। ਇਹਨਾਂ ਪੋਸਟਾਂ ਨੂੰ ਫਰਦਰ ਕੈਟਾਗਰੀ ਵਿੱਚ ਡਿਵਾਈਡ ਕੀਤਾ ਹੈ, ਜਨਰਲ ਐਸ ਸੀ ਬੀ ਸੀ ਦੇ ਵਿੱਚ ਜਿਹੜਾ ਹੈਗਾ ਉਹ ਡਿਵਾਈਡ ਕੀਤਾ ਗਿਆ। ਤੁਸੀਂ ਇਹਨਾਂ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਡਾਊਨਲੋਡ ਕਰਕੇ ਰੀਡ ਜਿਹੜਾ ਹੈਗਾ ਉਹ ਕਰ ਸਕਦੇ ਹੋ। ਫਰਦਰ ਡਿਟੇਲ ਦੀ ਗੱਲ ਕਰੀਏ ਤੋ ਇਸ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਤੁਹਾਡੀ ਕੈਟਾਗਰੀ ਦਾ ਕੋਡ ਵੀ ਦਿੱਤਾ ਗਿਆ, ਔਰ ਇਹੀ ਜਦੋਂ ਤੁਸੀਂ ਆਨਲਾਈਨ ਇਸ ਦੇ ਵਿੱਚ ਅਪਲਾਈ ਕਰਨਾ ਹੋਏਗਾ ਤੋ ਆਪਣੀ ਕੈਟਾਗਰੀ ਦਾ ਕੋਡ ਜਿਹੜਾ ਹੈਗਾ ਉਹ ਜ਼ਰੂਰ ਤੁਸੀਂ ਇਸ ਦੇ ਵਿੱਚ ਫਿੱਲ ਕਰਨਾ ਹੁੰਦਾ ਹੈ। ਨੈਕਸਟ ਗੱਲ ਕਰੀਏ ਤੋ ਜੋ ਤੁਹਾਡੀ ਤਨਖਾਹ ਇਸ ਦੇ ਵਿੱਚ ਰਹਿਣ ਵਾਲੀ ਹੈ ਤੋ 7 CPC ਦੇ ਅੰਡਰ ਤੁਹਾਡੀ ਜਿਹੜੀ ਹੈ ਇਸ ਦੇ ਵਿੱਚ ਪੇ ਰਹਿਣ ਵਾਲੀ ਹੈ। 35,400 ਪਲੱਸ ਤੁਹਾਡੀ ਪੇ ਜਿਹੜੀ ਹੈ ਉਹ ਇਸ ਦੇ ਵਿੱਚ ਰਹਿਣ ਵਾਲੀ ਹੈ। ਫਰਦਰ ਅਗਰ ਆਪਾਂ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਨਗਰ ਕੌਂਸਲ, ਨਗਰ ਪੰਚਾਇਤਾਂ ਦੇ ਲਈ, ਨਗਰ ਸੁਧਾਰ ਟਰੱਸਟਾਂ ਦੇ ਅੰਡਰ ਜੋ ਅਸਾਮੀਆਂ ਆਊਟ ਕੀਤੀਆਂ ਨੇ ਸੀਨੀਅਰ ਸਹਾਇਕ ਇੰਸਪੈਕਟਰ ਦੀਆਂ, ਉਹਨਾਂ ਦੀ ਅਗਰ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਤੁਹਾਡੀ ਗ੍ਰੈਜੂਏਸ਼ਨ ਜਿਹੜੀ ਹੈ ਉਹ ਮੰਗੀ ਗਈ ਹੈ 50% ਮਾਰਕਸ ਨਾਲ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਇੰਸਟੀਚਿਊਟ ਦੁਆਰਾ ਤੁਸੀਂ ਕਲੀਅਰ ਕੀਤੀ ਹੋਵੇ। ਉਸ ਤੋਂ ਬਾਅਦ ਤੁਹਾਡਾ ਇੱਕ ਜਿਹੜਾ ਹੈਗਾ ਉਹ ਕੁਆਲੀਫਾਈਂਗ ਪੰਜਾਬੀ ਅਤੇ ਇੰਗਲਿਸ਼ ਟਾਈਪ ਰਾਈਟਿੰਗ ਟੈਸਟ ਜਿਹੜਾ ਹੈਗਾ ਤੁਹਾਡਾ ਹੋਏਗਾ, ਜਿਸ ਦੇ ਵਿੱਚ ਤੁਹਾਡੇ ਕੋਲੇ 30 words per minute ਦੀ ਸਪੀਡ ਜਿਹੜੀ ਹੈ ਉਹ ਇਹਨਾਂ ਨੇ ਜਿਹੜੀ ਹੈ ਉਹ ਮੰਗੀ ਹੈ। ਔਰ ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜਾ ਹੈਗਾ ਉਹ 120 hours ਦਾ ਮਤਲਬ 120 ਘੰਟਿਆਂ ਦਾ ਜਿਹੜਾ ਕੰਪਿਊਟਰ ਕੋਰਸ ਜਿਹੜਾ ਹੈਗਾ ਤੁਹਾਡੇ ਕੋਲ ਹੋਣਾ ਚਾਹੀਦਾ, ਜਾਂ ਤੁਹਾਡੇ ਵਿੱਚ ਤੁਹਾਡੇ ਕੋਲ ਜਿਹੜਾ ਹੈਗਾ ਉਹ ਲੈਵਲ ਦਾ ਸਰਟੀਫਿਕੇਟ ਅਗਰ ਕੰਪਿਊਟਰ ਦੇ ਵਿੱਚ ਹੈਗਾ ਤਾਂ ਤੁਸੀਂ ਇਸ ਦੇ ਵਿੱਚ ਅਪਲਾਈ ਜਿਹੜਾ ਹੈਗਾ ਉਹ ਕਰ ਸਕਦੇ ਹੋ। ਨੈਕਸਟ ਗੱਲ ਕਰੀਏ ਤਾਂ ਤੁਸੀਂ ਇਸ ਦੇ ਵਿੱਚ ਜੋ ਹੈ ਉਹ ਇੱਕ ਜੋ ਕੰਪਲਸਰੀ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਇਹਨਾਂ ਨੇ ਮੰਗੀ ਹੁੰਦੀ ਹੈ ਉਹ ਇਹ ਹੈ ਕਿ 10ਵੀਂ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਉਹ ਪੰਜਾਬੀ ਵਿਸ਼ਾ ਜਿਹੜਾ ਉਹ ਕਲੀਅਰ ਹੋਣਾ ਚਾਹੀਦਾ, ਮਤਲਬ 10ਵੀਂ ਦੇ ਵਿੱਚ ਤੁਸੀਂ ਪੰਜਾਬੀ ਦੀ ਪ੍ਰੀਖਿਆ ਜਿਹੜੀ ਆ ਉਹ ਪਾਸ ਕੀਤੀ ਹੋਵੇ। ਔਰ ਦੂਸਰਾ ਕੀ ਹੈ ਕਿ ਵਿਦਿਅਕ ਯੋਗਤਾ ਤਕਨੀਕੀ ਯੋਗਤਾ ਸਰਟੀਫਿਕੇਟ ਅਪਲਾਈ ਕਰਨ ਦੀ ਅੰਤਿਮ ਮਿਤੀ ਤੋਂ ਪਹਿਲਾਂ ਦਾ ਜਾਰੀ ਜਿਹੜਾ ਹੈਗਾ ਉਹ ਹੋਣਾ ਤੁਹਾਡਾ ਚਾਹੀਦਾ ਹੈ। ਅਗਰ ਉਮਰ ਸੀਮਾ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਮਿਨੀਮਮ ਏਜ ਰੱਖੀ ਗਈ ਹੈ ਉਹ 18 ਸਾਲ ਹੈ, ਔਰ ਵੱਧ ਤੋਂ ਵੱਧ ਜਿਹੜੀ ਹੈ ਉਹ 37 ਸਾਲ ਉਮਰ ਇਸ ਦੇ ਵਿੱਚ ਰੱਖੀ ਗਈ ਹੈ। ਲੇਕਿਨ ਫਿਰ ਉਸ ਤੋਂ ਬਾਅਦ ਜੋ ਗਵਰਨਮੈਂਟ ਨੋਰਮਸ ਦੇ ਅੰਡਰ ਤੁਹਾਨੂੰ ਜਿਹੜੀ ਹੈ ਉਹ ਰਿਲੈਕਸੇਸ਼ਨ ਵੀ ਦਿੱਤੀ ਜਾਂਦੀ ਹੈ, ਜਿਵੇਂ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਦੇ ਲਈ 42 ਸਾਲ ਇਸ ਦੇ ਵਿੱਚ ਉਮਰ ਰੱਖੀ ਗਈ ਹੈ, ਔਰ ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੇ ਲਈ ਜੋ ਹੈ ਉਹ 45 ਸਾਲ ਇਸ ਦੇ ਵਿੱਚ ਜਿਹੜੀ ਉਮਰ ਹੈ ਉਹ ਰੱਖੀ ਗਈ ਹੈ। ਫਰਦਰ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਤੁਹਾਡੀ ਫੀ ਰਹਿਣ ਵਾਲੀ ਹੈ ਤਾਂ ਜਨਰਲ ਕੈਟਾਗਰੀ ਦੇ ਲਈ 1,000 ਰੁਪਇਆ ਫੀ ਤੁਹਾਡੀ ਰਹਿਣ ਵਾਲੀ ਹੈ। SC BC ਆਰਥਿਕ ਕਮਜ਼ੋਰ ਵਰਗ ਮਤਲਬ ਇਕਨੋਮੀਕਲ ਵੀਕਰ ਸੈਕਸ਼ਨ ਦੇ ਲਈ 250 ਰੁਪਏ ਫੀ ਤੁਹਾਡੀ ਰਹਿਣ ਵਾਲੀ ਹੈ। ਐਕਸ ਸਰਵਿਸਮੈਨ ਸੈਲਫ ਅਤੇ ਡਿਪੈਂਡੈਂਟ ਦੇ ਲਈ 200 ਰੁਪਇਆ ਫੀ ਰਹਿਣ ਵਾਲੀ ਹੈ, ਅਤੇ ਹੈਂਡੀਕੈਪ ਦੇ ਲਈ 500 ਰੁਪਇਆ ਜਿਹੜੀ ਹੈ ਇਸ ਦੇ ਵਿੱਚ ਫੀ ਜਿਹੜੀ ਹੈ ਉਹ ਰੱਖੀ ਗਈ ਹੈ। ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਮਤਲਬ ਜਿਹੜਾ ਇਹ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਅਤੇ ਆਨਲਾਈਨ ਜਿਹੜਾ ਹੈਗਾ ਉਹ ਅਪਲਾਈ ਕਰ ਸਕਦੇ ਹੋ। 8/3/2024 ਤੋਂ 5/4/2024 ਤੱਕ ਤੁਸੀਂ ਇਸ ਦੇ ਵਿੱਚ ਜਿਹੜਾ ਹੈਗਾ ਉਹ ਅਪਲਾਈ ਕਰਨਾ ਹੋਏਗਾ। ਤੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ 'ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋ ਥੈਂਕ ਯੂ।